ਹਾਂਜੀ ਦੋਸਤੋ ਐਮਐਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੀਜੀਆਈ ਚੰਡੀਗੜ੍ਹ ਜਾਨਕੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਵੱਲੋਂ ਜੀ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਜਿਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਅਤੇ ਸੰਗਰੂਰ ਦੇ ਲਈ ਜੀ ਜੋ ਪੀਜੀਆਈ ਹੈਗੀ ਉਹਨਾਂ ਵਾਸਤੇ ਪੋਸਟ ਅਨਾਉਂਸ ਕੀਤੇ ਗਏ ਨੇ ਬਹੁਤ ਵਧੀਆ ਮੌਕਾ ਸਨਰੀ ਮੌਕੇ ਆ ਚੁੱਕੇ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਜੀ ਉਸ ਸਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਇਗਜ਼ਾਮ ਆਉਂਦਾ ਹੈ ਜੀ ਉਸ ਸਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜੀ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜੀ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਾ ਮਾ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜੀ ਇਹਨਾਂ ਪੋਸਟਾਂ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਵੇਗਾ ਜੀ 25 10 2023 ਤੋਂ ਆਨਲਾਈਨ ਅਪਲਾਈ ਹੋਣਾ ਸ਼ੁਰੂ ਹੋ ਜਾਵੇਗਾ 14 11 2023 ਲਾਸਟ ਡੇਟ ਰੱਖੀ ਗਈ ਜੀ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 20 11 2023 ਨੂੰ ਤੁਹਾਡੇ ਜੋ ਹੈ ਐਡਮਿਟ ਕਾਰਡ ਡਾਊਨਲੋਡ ਹੋਣੇ ਸ਼ੁਰੂ ਹੋ ਜਾਣਗੇ ਜੀ ਪੋਸਟਾਂ ਦੇ ਲਈ 24 11 2023 ਨੂੰ ਤੁਹਾਡਾ CBT ਜਾਨੀ ਕਿ ਕੰਪਿਊਟਰ ਬੇਸਡ ਟੈਸਟ ਲਿਆ ਜਾਵੇਗਾ 75 ਨੰਬਰ ਦਾ ਜੀ ਤੇ 5 12 2023 ਨੂੰ ਇਸ ਦਾ ਰਿਜ਼ਲਟ ਹੈਗਾ ਅਨਾਉਂਸ ਕਰ ਦਿੱਤਾ ਜਾਵੇਗਾ ਨੈਕਸਟ ਹੈ ਜੀ एलिਜੀਬਿਲਟੀ ਨੋਟਿਸ ਜੋ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਪ੍ਰਕਾਸ਼ਿਤ ਕੀਤਾ ਜਾਵੇਗਾ 16 12 2023 ਨੂੰ ਐਕਸਪੈਕਟਿਡ ਡੇਟ ਹੈ ਜੀ ਡਾਕੂਮੈਂਟ ਵੈਰੀਫਿਕੇਸ਼ਨ ਬਾਈ ਦਾ ਕਮੇਟੀ ਹੈ ਜੀ 22 12 2023 ਤੇ ਡਿਪਾਰਟਮੈਂਟਲ ਇੰਟਰਵਿਊ ਐਂਡ ਅਸੈਸਮੈਂਟ 25 ਨੰਬਰ ਦੇ ਲਈ ਜੀ 22 12 2023 ਨੂੰ ਤੁਹਾਡਾ ਇੰਟਰਵਿਊ ਹੋਵੇਗਾ ਇਹ ਐਕਸਪੈਕਟਿਡ ਡੇਟਸ ਨੇ ਜੀ तो फाइनल रिजल्ट एक्सपैक्टेड डेट हैगी जी अठाई बारह दो हज़ार तेई तक तो रिजल्ट आ जाएगा एप्लीकेशन फीस की गल करिए पी डबल्यू बी डी कोई फीस नहीं हैगी अठ सौ रुपए प्लस ट्रांजैक्शन चार्ज हैस टी कैटेगरी दे लिए तो पंद्रह सौ रुपए फीस रखी गई जी फॉर ऑल अदर जरल ओ बी सी ई डबल्यू सी कैटेगरी के नैक्सट गल करिए कुछ टर्म एंड कंडीशन चंकी तरह पढ़ लेनिया है जी PGI ਚੰਡੀਗੜ੍ਹ ਦੇ ਲਈ ਜੀ ਪੋਸਟਾਂ ਨੇ ਜੀ ਸੀਨੀਅਰ ਰੈਜ਼ੀਡੈਂਟ ਦੀਆਂ ਪੋਸਟ ਕੋਡ ਹੈ ਜੀ SR23 ਜਿਸ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟ ਨੇ ਜਿਵੇਂ ਕਿ ਨਥੀਸੀ ਐਨਾਟੋਮੀ ਬਾਇਓਕੈਮਿਸਟਰੀ ਵੀਡੀਓ ਲੰਬੀ ਚਲੀ ਜਾਵੇਗੀ ਇਸ ਕਰਕੇ ਤੁਸੀਂ ਕੈਟਾਗਰੀ ਵਾਈਜ਼ ਵੀ ਦੇਖ ਲੈਣਾ ਤੇ ਡਿਪਾਰਟਮੈਂਟ ਵੀ ਚੈੱਕ ਕਰ ਲਓ ਵੀਡੀਓ ਨੂੰ ਪਾਉਜ਼ ਕਰਕੇ ਜੀ ਨੈਕਸਟ ਹੈਗਾ ਜੀ ਸੀਨੀਅਰ ਮੈਡੀਕਲ ਆਫੀਸਰ ਦੀਆਂ ਪੋਸਟਾਂ ਨੇ ਜੀ ਦੋ ਪੋਸਟਾਂ ਨੇ ਜਿਸ ਦਾ ਕੋਡ ਹੈਗਾ SMO024 ਜੀ ਟੋਟਲ ਪੋਸਟਾਂ ਹੈਗੀਆਂ ਜੀ ਸੀਨੀਅਰ ਰੈਜ਼ੀਡੈਂਟ ਦੀਆਂ ਪੋਸਟਾਂ ਹੈਗੀਆਂ 119 ਤੇ ਸੀਨੀਅਰ ਮੈਡੀਕਲ ਆਫਿਸਰ ਦੀਆਂ ਪੋਸਟਾਂ 2 ਹੈਗੀਆਂ ਨੇ ਜੀ ਉਸ ਤੋਂ ਬਾਅਦ ਜੂਨੀਅਰ ਸੀਨੀਅਰ ਡੈਮੋਸਟ੍ਰੇਟਰ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਬਾਇਓਕੈਮਿਸਟਰੀ ਬਾਇਓਫਿਜ਼ਿਕਸ ਟੋਟਲ ਪੋਸਟਾਂ 13 ਅਨਾਉਂਸ ਕੀਤੀਆਂ ਗਈਆਂ ਨੇ ਜੀ ਉਸ ਤੋਂ ਬਾਅਦ ਤੁਹਾਡੇ ਗੱਲ ਕਰੀਏ ਤਾਂ ਪਜੀਆਈ ਸੈਟੇਲਾਈਟ ਸੈਂਟਰ ਸੰਗਰੂਰ ਦੇ ਲਈ ਜੀ ਸੀਨੀਅਰ ਰੈਜ਼ੀਡੈਂਟ ਤੇ ਸੀਨੀਅਰ ਮੈਡੀਕਲ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਜਿਹਦੇ ਵਿੱਚ ਡਿਪਾਰਟਮੈਂਟ ਤੁਸੀਂ ਚੈੱਕ ਕਰ ਸਕਦੇ ਹੋ ਟੋਟਲ 13 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਜੀ ਆਨਲਾਈਨ ਅਪਲਾਈ ਕਰਨਾ ਹੋਵੇਗਾ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜੀ ਕੁਝ ਵੀ ਤੁਹਾਨੂੰ ਦਿੱਕਤ ਲੱਗਦੀ ਹੈ ਅਪਲਾਈ ਕਰਨ ਦੇ ਲਈ ਜਾਂ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ 35400 ਜੂਨੀਅਰ ਡੈਮੋਨਸਟਰੇਟਰ ਦੀ ਪੋਸਟ ਨਾਨ ਮੈਡੀਕਲ ਦੀ ਜੂਨੀਅਰ ਡੈਮੋਨਸਟਰੇਟਰ ਮੈਡੀਕਲ ਦੇ ਲਈ ਜੀ 35400 ਪਲੱਸ ਸੀਨੀਅਰ ਡੈਮੋਨਸਟਰੇਟਰ ਨਾਨ ਮੈਡੀਕਲ ਦੇ ਲਈ 55100 ਤੇ ਸੀਨੀਅਰ ਡੈਮੋਨਸਟਰੇਟਰ ਮੈਡੀਕਲ ਦੇ ਲਈ 67700 ਤੇ ਸੀਨੀਅਰ ਰੈਜ਼ੀਡੈਂਟ ਤੇ ਸੀਨੀਅਰ ਮੈਡੀਕਲ ਅਫਸਰ ਦੇ ਲਈ 67700 ਪਲੱਸ ਐਨ ਪੀਜੀ ਤਨਖਾਹ ਦਿੱਤੀ ਜਾਵੇਗੀ। ਐਲੀਜੀਬਿਲਟੀ ਕੰਡੀਸ਼ਨਸ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਹੀ ਪੋਸਟਾਂ ਲਈ ਸੀਨੀਅਰ ਰੈਜ਼ੀਡੈਂਟ ਲਈ ਜੀ ਸਕਰੀਨ ਦੇ ਉੱਤੇ ਤੁਹਾਨੂੰ ਮੈਂਸ਼ਨ ਹੈ ਗਿਆ ਐਮਐਡੀ ਐਮਡੀ ਐਮਐਸ ਕੀਤੀ ਹੋਣੀ ਚਾਹੀਦੀ ਹੈ ਜੀ। ਤੇ ਮੈਡੀਕਲ ਕੁਆਲੀਫਿਕੇਸ਼ਨ ਪੂਰੀ ਹੋਣੀ ਚਾਹੀਦੀ ਤੇ ਮਸਟ ਬੀ ਰਜਿਸਟਰਡ ਵਿਦ ਸੈਂਟਰਲ ਸਟੇਟ ਮੈਡੀਕਲ ਕਾਉਂਸਲ ਵਿੱਚ ਹੋਣਾ ਚਾਹੀਦਾ ਹੈ ਜੀ ਉਸ ਤੋਂ ਬਾਅਦ ਨੇਮ ਆਫ ਸਪੈਸ਼ਲਿਟੀ ਤੇ ਕੁਆਲੀਫਿਕੇਸ਼ਨ ਚੰਗੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਐਮ ਡੀ ਕੀਤੀ ਹੋਣੀ ਚਾਹੀਦੀ ਹੈ ਜੀ ਸਪੈਸ਼ਲ ਸਪੈਸ਼ਲਿਟੀ ਦੇ ਵਿੱਚ ਤੁਹਾਡੀ ਤਾਂ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਏਸੀ ਅੱਜ ਦਾ ਨੋਟੀਫਿਕੇਸ਼ਨ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਕਿਉਂਕਿ ਅਸੀਂ ਬਹੁਤ ਉਮੀਦ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲੈ ਕੇ ਆਉਣੇ ਜਾਣਕਾਰੀ ਲੱਭ ਕੇ ਲੈ ਕੇ ਆਉਣੇ ਏਜ ਰੈਲੈਕਸੇਸ਼ਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ PDF ਲਈ ਤੁਸੀਂ ਸਾਡੇ Telegram ਚੈਨਲ ਦੇ ਉੱਤੇ ਵਿజిਟ ਕਰ ਸਕਦੇ ਹੋ WhatsApp ਦੇ ਚੈਨਲ ਨਾਲ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜਿੱਦਾਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜੀ ਸਾਨੂੰ ਉੱਥੇ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਇਹ ਸੀ ਅੱਜ ਦਾ ਨੋਟੀਫਿਕੇਸ਼ਨ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾ